ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ ਇਹ ਵਿਚਾਰ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵਾਰਡ ਨੰਬਰ 6 ਵਿਖੇ 90 ਟਿਊਬਵੈੱਲ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਕਰਦੇ ਸਾਂਝ ਕੀਤੇ ਉਹਨਾਂ ਆਖਿਆ ਕਿ ਵਾਰਡ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਬਾਕੀ ਵਿਕਾਸ ਕਾਰਜ ਛੇਤੀ ਪੂਰੇ ਕਰਾ ਦਿੱਤੇ ਜਾਣਗੇ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਅਤੇ ਇਹਨਾਂ ਦੇ ਹੱਲ ਦਾ ਪ੍ਰੋਮੋਸ ਦਿੱਤਾ ਇਸ ਵਿਕਾਸ ਕਾਰਜ ਤੇ 18 ਲੱਖ ਰੁਪਏ ਖਰਚ ਹੋਣਗੇ ਇਸ ਮੌਕੇ ਤੇ ਕਾਉਂਸਲਰ ਬਲਵਿੰਦਰ ਸਿੰਘ ਪੂਰਨ ਚੰਦ ਅਰਸ਼ਦੀਪ ਗਿੱਲ ਸਮੇਤ ਕਈ ਲੋਕ ਮੌਜੂਦ ਸਨ ਅੱਜ ਵਾਰਡ ਨੰਬਰ 6 ਦੇ ਵਿੱਚ ਸਾਡੇ ਸਤਿਕਾਰਯੋਗ ਵੱਡੇ ਵੀਰ ਸਾਡੇ ਕਾਉਂਸਲਰ ਸਰਦਾਰ ਬਲਵਿੰਦਰ ਸਿੰਘ ਗਿੱਲ ਜੀ ਦੀ ਇੱਕ ਇੱਥੇ ਸਾਡੇ ਧਿਆਨ ਚ ਲਿਆਂਦਾ ਸੀਗਾ ਕਿ ਪਾਣੀ ਦੀ ਕਿੱਲਤ ਆ ਰਹੀ ਉਹਨੂੰ ਧਿਆਨ ਚ ਰੱਖਦੇ ਹੋਏ ਅੱਜ ਇੱਥੇ ਇੱਕ ਨਵਾਂ ਟਿਊਬਲ ਜਿਹੜਾ ਉਹਦੀ ਸ਼ੁਰੂਆਤ ਕੀਤੀ ਗਈ ਹੈ ਔਰ ਉਹਦੀ ਅੱਜ ਇੱਥੇ ਬੋਰਿੰਗ ਸਟਾਰਟ ਹੋ ਗਈ ਹੈ ਔਰ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਵਿੱਚ ਇਸ ਕਲੋਨੀ ਨੂੰ ਸਾਫ ਸੁਵਿਸ਼ ਪਾਣੀ ਜਿਹੜਾ ਪੀਣ ਵਾਲਾ ਉਹ ਮੁਹੱਈਆ ਕਰਾਵਾਂਗੇ ਅੱਜ ਮੈਨੂੰ ਖੁਸ਼ੀ ਹੈ ਕਿ ਜਿਹੜੀ ਵੀ ਸਾਡੇ ਭੈਣ ਭਰਾਵਾਂ ਨੇ ਸਾਡੇ ਨਾਗਰਿਕਾਂ ਨੇ ਸਾਡੇ ਤੇ ਯਕੀਨ ਕਰਕੇ ਸਾਡੀ ਸਰਕਾਰ ਬਣਾਈਆਂ ਸਾਨੂੰ ਵੋਟਾਂ ਪਾਈਆਂ ਸਾਡੇ ਕਾਉਂਸਲਰ ਬਣਾਏ ਅੱਜ ਅਸੀਂ ਉਹ ਸਾਰੀਆਂ ਆਸਾਨ ਤੇ ਖਰੇ ਉੱਤਰ ਦੇ ਨਜ਼ਰ ਆ ਰਹੇ ਹਨ ਔਰ ਜੋ ਜੋ ਵੀ ਸਾਡੇ ਧਿਆਨ ਦੇ ਵਿੱਚ ਸਾਡੇ ਸਿਟੀਜ਼ਨਸ ਨੇ ਮੁਸ਼ਕਲਾਂ ਲੈ ਕੇ ਆਂਦੀਆਂ ਸੀ ਸਾਰੀਆਂ ਹੱਲ ਕੀਤੀਆਂ ਔਰ ਅੱਜ ਤੁਹਾਡੇ ਮਾਧਿਅਮ ਨਾਲ ਮੈਂ ਹੋਰ ਆਪਣੇ ਭੈਣ ਭਰਾਵਾਂ ਨੂੰ ਇਹੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਅਸੀਂ 100% ਜੋ ਵੀ ਡਿਵੈਲਪਮੈਂਟ ਦੇ ਕੰਮ ਉਹ ਕਰਨ ਲਈ ਵਚਨਬੱਧ ਹਾਂ ਮੇਰੀ ਵਾਰਡ ਨੰਬਰ 6 ਦੇ ਵਿੱਚ ਜੀ ਪਿਛਲੇ ਕੁਝ ਸਮੇਂ ਤੋਂ ਪਾਣੀ ਦੀ ਬਹੁਤ ਕਿਲਤ ਆ ਗਈ ਸੀ ਜੀ ਉਹ ਮੇਅਰ ਸਾਹਿਬ ਦੇ ਸਹਿਯੋਗ ਦੇ ਨਾਲ ਅੱਜ ਹੀ ਨਵਾਂ ਟਿਊਬਲ ਜਿਹੜਾ ਲਗਾਉਣ ਜਾ ਰਹੇ ਹਾਂ ਪਹਿਲਾਂ ਵੀ ਸਾਡੇ ਦੋ ਟਿਊਬਲ ਲੱਗੇ ਸੀ ਇਸ ਟਿਊਬਲ ਦੇ ਲੱਗਣ ਨਾਲ ਪਾਣੀ ਦੀ ਜਿਹੜੀ ਆ ਕਿਲਤ ਜਿਹੜੀ ਉਹ ਖਤਮ ਹੋ ਜਾਊਗੀ